ਓਂਟੈਰੀਓ ਦੀ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਸੂਬੇ ਵਿੱਚ ਕੁਝ ਪਾਰਸਲ ਭੇਜੇ ਗਏ ਨੇ ਜਿਨ੍ਹਾਂ ਵਿੱਚ ਘਾਤਕ ਪਦਾਰਥ ਪਾਇਆ ਗਿਆ ਹੈ। ਪੈਕੇਜ ਵਿੱਚ ਸੋਡੀਅਮ ਨਾਈਟ੍ਰੇਟ ਪਾਈ ਗਈ ਹੈ ਤੇ ਉਹਨਾਂ ਲੋਕਾਂ ਨੂੰ ਭੇਜੇ ਗਏ ਨੇ ਜੋ ਖੁਦ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ। ਸਫੇਦ ਰੰਗ ਦਾ ਕ੍ਰਿਸਟਲ ਵਾਲਾ ਇਹ ਪਦਾਰਥ ਹੈ ਜਿਸ ਨੂੰ ਭੋਜਨ ਵਿੱਚ ਵੀ ਪਾਇਆ ਜਾਂਦਾ ਹੈ, ਖਾਸ ਤੌਰ ਦੇ ਉੱਤੇ ਪ੍ਰੋਸੈਸ ਕੀਤੇ ਹੋਏ ਮੀਟ ਵਿੱਚ। ਪਰ ਇਸ ਨੂੰ ਜ਼ਿਆਦਾ ਵਰਤਣ ਦੇ ਨਾਲ ਸਰੀਰ ਵਿੱਚ ਆਕਸੀਜਨ ਘੱਟ ਜਾਂਦੀ ਹੈ ਤੇ ਸਾਹ ਆਉਣਾ ਵੀ ਬੰਦ ਹੋ ਜਾਂਦਾ ਹੈ, ਜੋ ਕਿ ਜਾਨਲੇਵਾ ਹੈ। ਓਂਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਕਿਹਾ ਹੈ ਕਿ ਜੋ ਪੈਕੇਜ ਆ ਰਹੇ ਨੇ ਇਹਨਾਂ ਦੇ ਉੱਤੇ ਲੇਬਲ ਹੈ ਜੋ ਉਸ ਦੇ ਉੱਤੇ ਐਮ ਟਾਈਮ ਕੁਜ਼ੀਨ, ਐਂਬੂਸੀਏ, ਅਕੈਡਮਿਕ, ਏ ਅਕੈਡਮਿਕ, ਐਸਕੇਪ ਮੋਡ, ਐਸਕ ਮੋਡ ਜਾਂ ਫਿਰ ਆਈਸਮੈਕ ਲਿਖਿਆ ਹੋਇਆ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਦੇ ਕੋਲ ਵੀ ਅਜਿਹਾ ਕੋਈ ਪਾਰਸਲ ਪਹੁੰਚਿਆ ਤਾਂ ਤੁਰੰਤ ਪੁਲਿਸ ਨੂੰ ਜਾਣਕਾਰੀ ਜ਼ਰੂਰ ਦਿੱਤੀ ਜਾਵੇ। ਸੂਬੇ ਵਿੱਚ ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਪਾਰਸਲ ਦਰਜਨ ਤੋਂ ਵੀ ਵੱਧ ਭਾਈਚਾਰਿਆਂ ਵਿੱਚ ਭੇਜੇ ਗਏ ਨੇ ਤੇ ਕੈਨੇਡਾ ਤੋਂ ਬਾਹਰ ਵੀ ਕਈ ਦੇਸ਼ਾਂ ਵਿੱਚ ਅਜਿਹੇ ਪਾਰਸਲ ਭੇਜੇ ਗਏ ਨੇ।